ਵੇਖੀ ਯਾਰ ਤੁਹਾਡੇ ਸਾਹਮਣੇ ਉਹ ਜੀਰੂ ਉਹਨਾਂ ਨੇ ਤੂੰ ਝੋਟੀਆਂ ਸਾਰੀਆਂ ਖੋਲ ਲਈਆਂ। ਮੈਂ ਉਹਨਾਂ ਨੂੰ ਆਖਿਆ ਮੈਂ ਯਾਰ ਮਾਲ ਡੰਗਰ ਤੁਸੀਂ ਮੇਰੇ ਨੂੰ ਹੱਥ ਨਹੀਂ ਚਲਾਉਣਾ। ਉਹ ਫਿਰ ਉਹ ਮੇਰਾ ਮਤਲਬ ਪਰੇਸ਼ਾਨ ਹੀ ਕਰਦੇ ਆ। ਹੁਣ ਤੁਸੀਂ ਉਹ ਲੱਭੇ ਵੱਲ ਵੇਖ ਲਓ, ਲੱਭੇ ਨੂੰ ਕਿਹਾ ਮੈਂ ਤੂੰ ਬੋਤਲ ਦੇ ਨਾਲਾ, ਉਹ ਨਹੀਂ ਆਇਆ। ਇਹ ਮਸਲੇ ਤਾਂ ਫਿਰ ਇੰਝ ਹੀ ਖੜੇ ਹੁੰਦੇ ਆ। ਉਹ ਮੈਂ ਉਹਨੂੰ ਫੋਨ ਕਰ ਰਿਹਾ ਉਹਨੂੰ ਮਸਤਾਕ ਨੂੰ, ਉਹਨੇ ਹੁਣ ਗੱਡੀ ਲੈ ਕੇ ਆਉਣਾ ਹੈ ਜਾਣਾ ਜੀ। ਸਾਨੂੰ ਇਹਨਾਂ ਦੇ ਕੰਮ ਹੀ ਲੈ ਕੇ ਬਹਿ ਗਏ। ਹੁਣ ਬਿੱਲ ਜਾ ਰਹੀ ਹੈ, ਹੁਣ ਚੁੱਕੇਗਾ ਤਾਂ ਫੇਰ ਹੀ ਗੱਲ ਬਣੇਗੀ। ਹੈਲੋ ਮਸਤਾਕ, ਉਹ ਯਾਰ ਤੈਨੂੰ ਜੀਲੋ ਨੇ ਫੋਨ ਕੀਤਾ ਸੀ। ਹਾਂ ਉਹ ਯਾਰ ਸ਼ਹਿਰ ਯਾਰ ਬੋਲਦਾ ਪਿਆ। ਹਾਂ ਮਾਖੂ ਦਾ ਭਰਾ ਸ਼ਹਿਰ ਯਾਰ, ਆ ਜਾਣਾ ਜੀ ਉੱਥੇ ਮਰੀ ਵਾਲੀ ਸਾਈਡ ਤੇ। ਉਸਤਾਦ ਭੋਲਾ ਹੈ ਭਾ ਭਾਖੋ ਨਾਲ ਹੈ, ਆ ਤਿੰਨਾ ਜਾਣਾ। ਹੁਣ ਕਿੱਥੇ ਨੇ? ਮੈਂ ਸਾਹਮਣੇ ਮੈਂ ਬੈਠਾ। ਆ ਜਾ ਆ ਜਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਓਹ ਬੜਾ ਵੇਟ ਕਰਾਇਆ, ਬੜਾ ਇੰਤਜ਼ਾਰ ਕਰਾਇਆ ਬਾਈ। ਇੰਤਜ਼ਾਰ ਕੀ ਕਰਾਉਣਾ, ਪਤਾ ਹੀ ਨਹੀਂ ਸੀ ਲੱਗ ਰਿਹਾ ਭਾਈ। ਤੁਸੀਂ ਲੋਕੇਸ਼ਨ ਭੇਜ ਦਿੰਦੇ, ਚਲੋ ਮੈਂ ਕਰਾਂ ਫੋਨ ਤੇ ਤੁਸੀਂ ਗੱਲ ਕਰ। ਸਿੱਧਾ ਸਿੱਧਾ ਰੋਡ, ਉਹਨੂੰ ਮਹੱਤ ਨੂੰ ਕਹਿਣਾ ਸੀ ਸ਼ਹਿਰ ਯਾਰ ਦੇ ਡੇਰੇ ਜਾਣਾ। ਨਹੀਂ ਤੇ ਆਹ ਜਿਹੜੇ ਇੱਕ ਦੋ ਮੋੜ ਆਏ ਉਹਦਾ ਕੀ ਕਰਨਾ ਮੈਂ? ਸਿੱਧਾ ਸਿੱਧਾ ਨਾ ਮੈਂ ਜੜਾਂ ਵਾਲੇ ਨਿਕਲ ਚੱਲਾ ਸੀ ਮੈਂ ਤੇ। ਉਹ ਸਿਆਣੇ ਆਖਿਆ ਕਿ ਮੁੜ ਜਾਣਾ ਚਾਹੀਦਾ। ਉਹ ਸਿਆਣਿਆਂ ਨੇ ਬੁਰੇ ਕੰਮਾਂ ਤੋਂ ਗਿਆ, ਹੁਣ ਮੈਂ ਸੜਕ ਤੋਂ ਮੁੜ ਕੇ ਪਿੱਛੋਂ ਡਾਲਾ ਮਰਵਾ ਲੈਂਦਾ ਆਪਣੇ 'ਚ। ਪਤਾ ਨਹੀਂ ਕਿਹੜੇ ਰੋਡ ਤੋਂ ਨਹੀਂ ਆਇਆ ਤੂੰ। ਐ ਤੁਸੀਂ ਰਾਹ 'ਚ ਦੱਸਦੇ ਆਏ ਆ ਤੇ ਮੇਰਾ ਸਾਹਮਣੇ ਧਿਆਨ ਪਿਆ, ਤੁਸੀਂ ਫੋਨ ਕਰਨ ਨੂੰ ਲਾਇਆ ਸੀ। ਮੈਂ ਕਿਹਾ ਇਹੀ ਬੰਦਾ ਵਾ। ਮੈਂ ਉਹਨੂੰ ਆਖਿਆ ਸੀ, ਮੈਂ ਕਿਹਾ ਯਾਰ ਮਸਤਾਕ ਨੂੰ ਆਖ ਚੜ। ਹਾਂਜੀ ਹੁਕਮ ਕਰੋ। ਮੈਂ ਜੂਲੇ ਨੂੰ ਆਖਿਆ। ਹੁਣ ਖਾਣਾ ਕੀ ਹੈ? ਉਹ ਖਾਣਾ ਪੀਣਾ ਕੀ ਹੈ ਜੀ, ਸਾਰਾ ਕੁਝ ਖਾ ਪੀ ਗਿਆ। ਜ਼ਰਾ ਗੱਡੀ ਨੂੰ ਸਰਵਿਸ ਕਰਾਉਣੀ ਸੀ, ਮੈਂ ਕਿਹਾ ਦੂਰ ਜਾਣਾ ਵਾ ਜ਼ਰਾ ਟੂਰ ਤੇ ਚਲੋ ਇਹਨੂੰ ਜ਼ਰਾ ਮੇਨਟੇਨ, ਜ਼ਰਾ ਕਸਟਮਰ ਨੂੰ ਵੀ ਤੰਗੀ ਨਹੀਂ ਹੁੰਦੀ, ਸਾਨੂੰ ਵੀ ਨਹੀਂ ਹੁੰਦੀ। ਗੱਡੀਆਂ ਸਾਡੇ ਕੋਲ ਆਪਣੀਆਂ ਤਿੰਨ ਹੈਗੀਆਂ। ਤੇ ਕਿੱਥੇ ਆ ਮਤਲਬ? ਉਹ ਮੁਲਾਜ਼ਮਾਂ ਆਪਸ ਦੇ ਵਿੱਚ ਕਿਤੇ ਸ਼ਰਾਬ ਪੀਤੀ ਸੀ, ਭਿੜ ਪਏ। ਅੱਛਾ। ਉਹ ਗੱਡੀਆਂ ਆਪਸ 'ਚ ਮਾਰ ਛੜੀਆਂ, ਹੁਣ ਉਹ ਹੁਣ ਵਰਕਸ਼ਾਪੇ ਖੜੋਤੀਆਂ। ਠੀਕ ਹੋ ਗਿਆ। ਇਹ ਡਰਾਈਵਰ ਨਾਲ, ਮੈਂ ਨਾਲ ਹੀ ਜਾਣਾ ਨਾ ਤੁਹਾਡੇ? ਤੁਸੀਂ ਨਾਲ ਹੀ ਜਾਓਗੇ? ਮਿਹਰਬਾਨੀ ਭਾਈ ਨੇ, ਮਿਹਰਬਾਨੀ। ਮੈਂ ਕਿਹਾ ਆਪ ਵੀ ਡਰਾਈਵਿੰਗ ਕਰ ਸਕਦੇ ਆ, ਲੇਕਿਨ ਆਖਿਆ ਕਰਦਿਆਂ ਜਾਣਾ। ਨਹੀਂ ਨਹੀਂ, ਉਸਤਾਦ ਭੋਲਾ ਤੇ ਭਾਪ ਭਾਕੋ ਮੇਰੇ ਨਾਲ ਆ, ਉਹਦਾ ਰੂਹ ਲੱਗੀ ਰਹੇਗੀ। ਉਹ ਅਸਲ ਦੇ ਵਿੱਚ ਗੱਲ ਇਹ ਆ ਕਿ ਖੇਖਣ ਨਹੀਂ ਨਾ ਹੁੰਦੇ ਏਡੀ ਵੱਡੀ, ਉਹ ਤੇ ਕਿਤੇ ਖੋਤਾ ਰੇੜੀ ਤੇ ਬੈਠੇ ਹੋਵੋ, ਨਾਲ ਛਣਕਣਾ ਖੜਕਾਉਂਦੇ ਜਾਓ ਤੇ ਖੇਖਣ ਹੋ ਗਿਆ, ਜਾਂ ਇੱਦਾਂ ਕਰਕੇ ਬਜਰੀ ਡੱਬੇ 'ਚ ਪਾਈ ਖੜਕਾਉਂਦੇ ਜਾਓ, ਸੋਹਣੇ ਨਹੀਂ ਲੱਗੋਗੇ। ਆਹ ਗੱਡੀ 'ਚ ਖੇਖਣ ਨਹੀਂ ਹੁੰਦੇ ਹੈਗੇ। ਓਏ ਹਸਲ ਮੁੱਖ ਹੈਗੇ, ਹੱਸ ਮੁੱਖ ਵਾਲੇ। ਓਏ ਹੱਸ ਮੁੱਖ ਤੇ ਆ ਫਿਰ ਉਹ ਮਤਲਬ ਨਾ ਮੁੱਖ ਦਾ ਤੇ ਪਤਾ ਹੀ ਨਹੀਂ ਲੱਗਦਾ ਤੇ ਨਾ ਹਾਸੇ ਦਾ ਮੁੱਖ ਤੇ ਇੰਜ ਆਉਂਦਾ ਉਦੋਂ ਵੀ ਪਤਾ ਹੀ ਆ ਵੀ ਸਾਹਮਣੇ ਨੇ ਜਿਹਨੇ ਠੋਕਣੀ ਉਹਨੇ ਹਾਸਾ ਮੁੱਖਾ ਥੋੜਾ ਵੇਖਣਾ। ਉਹ ਬੁੜੇ ਆਖਿਆ ਸੀ, ਕਹਿੰਦਾ ਮੈਂ ਜੂਲੋ ਨੂੰ ਫੋਨ ਕੀਤਾ ਜੇ। ਅੱਛਾ ਉਹ ਮਸਤਾਕ ਨਾਮ ਦਾ, ਤੇ ਮੈਨੂੰ ਪਤਾ ਲੱਗਿਆ ਤੂੰ ਮਸਤਾਕ ਸਾਹਿਬ ਮੇਰਾ ਹੀ ਨਾਮ ਆ ਜਨਾਬ। ਮੇਰੀਆਂ ਦੋ ਤਿੰਨ ਗੱਡੀਆਂ ਰੈਂਟ ਤੇ ਪਾਈਆਂ ਸੀ, ਇੱਕ ਇਸਲਾਮਾਬਾਦ ਗਈ ਆ, ਉਹਨੇ ਕੱਲ ਨੂੰ ਆਉਣਾ। ਇਹ ਗੱਡੀ ਤੁਹਾਡੀ ਸੁਥਰੀ ਹੈਗੀ ਆ? ਉਹ ਫਰੈਸ਼ ਗੱਡੀ ਭਾਈ, ਤੁਹਾਨੂੰ ਇਦਾਂ ਹੀ ਮਜ਼ਾ ਆਏਗਾ ਜਿੱਦਾਂ 2023 ਮਾਡਲ 'ਚ ਬਹਿ ਕੇ ਜਾ ਰਹੇ ਤੁਸੀਂ। ਇਹ ਹੱਥ ਰੱਖੀ ਦੀ ਗੱਡੀ ਅਸੀਂ ਭਾਈ ਨਾ। ਔਰ ਚੰਗਾ ਗੱਭਰੂ ਲੱਗਾ ਯਾਰ ਤੂੰ, ਮਿਹਰਬਾਨੀ। ਹੁਣ ਖਾਣਾ ਪੀਣਾ ਕੀ ਜੇ? ਉਹ ਖਾਣ ਪੀਣ ਨੂੰ ਛੱਡੋ, ਸਭ ਕੁਝ ਤੁਹਾਡਾ ਹੀ ਆ। ਓਏ ਆ ਆਪਣੇ ਡੇਰੇ ਤੋਂ ਕਿਸੇ ਨੂੰ ਭੁੱਖਿਆ ਨਹੀਂ ਟੋਰਿਆ? ਲੇਕਿਨ ਮੈਂ ਨਹੀਂ ਖਾ ਸਕਦਾ ਭਾਈ, ਸਮਝਿਆ ਕਰੋ, ਕੋਈ ਹੱਥ ਪਾਣੀ ਦਾ ਚੱਕਰ ਹੁੰਦਾ ਵਾ, ਮਿਹਰਬਾਨੀ ਕਰੋ ਜ਼ਰਾ। ਮੈਂ ਤੇਰੀ 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 ਰਮਜ਼ ਮੈਂ ਕੁਝ ਸਮਝ ਨਹੀਂ ਰਿਹਾ। ਮੈਂ ਖਾ ਕੇ ਆਇਆ ਭਾਈ ਜੀ, ਸਭ ਕੁਝ ਤੁਸੀਂ ਸ਼ਹਿਰਯਾਰ ਸਾਹਿਬ ਨੂੰ ਬੁਲਾਓ। ਉਹ ਸਾਰੇ ਸ਼ਹਿਰਯਾਰ ਤੇਰੇ ਸਾਹਮਣੇ ਬੈਠਾ ਜੇ, ਹੁਣ ਤੈਨੂੰ ਸ਼ਹਿਰਯਾਰ ਮਿਲਾਵਾ। ਆ ਸ਼ਹਿਰਯਾਰ ਹੀ ਇਹ, ਤੁਸੀਂ ਜਾਣਾ ਮਰੀ? ਮੈਂ ਜਾਣਾ। ਇਹ ਜਦੋਂ ਮੁਕੰਮਲ ਵਿਹੜਾ ਗਰਕ ਹੋ ਗਿਆ, ਤੁਹਾਨੂੰ ਕੀ ਸੁੱਝੀ ਮਰੀ ਦੀ? ਮਰੀ ਤੁਸੀਂ ਉਹ, ਤੂੰ ਮੈਨੂੰ ਉੱਥੇ ਸੈਰ ਤੇ ਲਿਜਾਣਾ ਜਾਂ ਵਿਆਹਣ ਜਾਣਾ? ਨਹੀਂ ਮੈਂ ਤਾਂ ਉੱਥੇ ਕਿਸੇ ਦਾ ਪਤਾ ਪੁਤਾ ਕਰਨ ਚੱਲੇ ਜੇ। ਮੈਂ ਉੱਥੇ ਅੱਗੇ ਫੋਨ ਕਰਦਿਆਂ ਇੱਕ ਮਿੰਟ। ਆਹੋ ਸੈਰ ਸਪਾਟੇ ਨੂੰ ਤੇ ਜਾਣਾ ਹੋਵੇ ਤੇ ਮੇਰੇ ਖਿਲਾਫ ਪਿੱਛੇ ਜਗ੍ਹਾ ਬਹੁਤ ਆ ਤੁਹਾਡੀ, ਇੱਧਰ ਫਰੀ ਜਾਓ ਤੁਸੀਂ। ਸਾਰਾ ਰਕਬਾ ਆਪਣਾ ਹੈਗਾ ਜੇ, ਤੇ ਇੱਥੇ ਫਰੀ ਜਾਓ, ਰਕਬਾ ਛੱਡ ਕੇ ਕਿਸੇ ਦੇ ਰਕਬੇ 'ਚ ਫਿਰਦੇ ਕਿੱਡੇ ਮਾੜੇ ਲੱਗੋਗੇ। ਉਸਤਾਦ ਭੋਲਾ ਮੇਰੇ ਨਾਲ ਬਹਿਸ ਕਰ ਰਿਹਾ ਸੀ। ਅੱਛਾ ਉਹ ਮੈਨੂੰ ਆਖ ਰਿਹਾ ਸ਼ਹਿਰੀ ਆਪਾਂ ਉੱਥੇ ਜਾਣਾ,
ਹਾਲਾਂਕਿ ਭਾਪ ਭਾਕੋ ਉਹ ਮੰਨ ਗਿਆ ਸੀ ਅੱਛਾ ਕਹਿੰਦਾ ਆ ਨਹੀਂ ਜਾਣਾ ਚਲੋ ਜੀ ਲੇਕਿਨ ਜਿਹੜਾ ਉਸਤਾਦ ਭੋਲੇ ਦੀ ਸਾਨੂੰ ਮੰਨਣੀ ਪੈਣੀ ਹੈ ਓਏ ਆਪ ਜੇ ਦੋਸਤਾਂ ਦਾ ਮਸਲਾ ਜਨਾਬ ਤੁਹਾਡਾ ਜੋ ਮਰਜ਼ੀ ਕਰੋ ਸਾਨੂੰ ਕੀ ਦਿਲਾਵਰ ਆਹ ਟੁਰ ਜਾਣਾ ਇੱਕ ਘੰਟੇ ਕੁ ਤੱਕ ਉਹ ਕਹੀਦਾ ਚਲੇ ਜਾਣਾ ਵਾ ਅਸੀਂ ਜਾਣਾ ਵਾ ਉੱਥੇ ਟੁਰ ਜਾਣਾ ਤੇ ਬਿਲਕੁਲ ਹੀ ਦੁਨੀਆ ਤੋਂ ਟੁਰ ਜਾਣਾ ਤੁਸੀਂ ਉਹਨਾਂ ਕਹੇ ਚੱਲੇ ਆ ਮਰੀ ਤੱਕ ਸੈਰ ਸਪਾਟੇ ਓਏ ਡਰਾਈਵਰ ਹੈਗਾ ਜੇ ਆਪਣੇ ਡਰਾਈਵਰ ਤੇ ਉਹ ਗਏ ਨਾ ਉਹ ਮਾਲਕ ਭਾਈ ਗੱਡੀ ਮੇਰੀ ਆ ਉਹ ਕਹਿੰਦਾ ਮੈਂ ਮਾਲਕ ਵੀ ਆ ਗੱਡੀ ਦਾ ਸਾਡੇ ਵਾਸਤੇ ਤਾਂ ਡਰਾਈਵਰ ਹੀ ਹੈ ਨਾ ਉਹ ਦਿਲਾਵਰ ਸੁਣ ਗੱਲ ਮੇਰੀ ਤੂੰ ਮੇਰੇ ਵਾਸਤੇ ਕੀਮਾ ਕਰ ਲੈ ਤੇ ਉਸਤਾਦ ਭੋਲੇ ਤੇ ਭਾਪ ਭਾਕੋ ਨੂੰ ਤੂੰ ਆਪ ਪੁੱਛ ਲਈ ਤੈਨੂੰ ਪਤਾ ਹੀ ਆ ਵੀ ਉਸਤਾਦ ਭੋਲਾ ਮੁੜੀ ਹੈਗਾ ਉਹਦਾ ਹੋਰੇ ਕੀ ਦਿਲ ਕਰਦਾ ਹੁੰਦਾ ਜੇ ਕੀ ਉਹਨੇ ਮੁੜੀ ਬੰਦਾ ਸਫ਼ਰ 'ਚ ਨਾ ਖੜਿਓ ਭਾਈ ਇੱਕ ਲੈਣਾ ਹੁੰਦਾ ਜੇ ਮੁੜੀ ਬੰਦਾ ਨਹੀਂ ਆਪਾਂ ਖੜਨਾ ਕੋਈ ਉਹ ਨਹੀਂ ਉਹ ਨਹੀਂ ਤੇਰੇ ਨਾਲ ਉਹਨੇ ਕੀ ਮੂਡ ਬਣਾਉਣਾ ਸਾਡੀ ਯਾਰੀ ਦਾ ਮਸਲਾ ਹੈ ਭਾਪਾ ਕੋ ਕੀਤਾ ਤੂੰ ਤੈਨੂੰ ਤੈਨੂੰ ਫੋਨ ਕੀਤਾ ਸੀ ਭਾਪਾ ਕੋ ਕੀ ਆਖਿਆ ਉਹ ਵੀ ਕੁਛ ਨਹੀਂ ਆਖਦਾ ਯਾਰ ਤੈਨੂੰ ਪਤਾ ਹੀ ਹੈ ਤੂੰ ਮੇਰੇ ਵਾਸਤੇ 1.5 ਕਿਲੋ ਬਣਾ ਲਾ ਕੀਮਾ ਕਾਲੀ ਮਿਰਚ ਪਾ ਕੇ ਉਹ ਕੱਲੇ ਨੇ ਖਾਣਾ ਬਿਮਾਰ ਆ ਤੂੰ ਉਹ ਦੂਜਿਆਂ ਨੇ ਵੀ ਖਾਣਾ ਵਾ ਓਏ ਡਰਾਈਵਰ ਵੀ ਮੈਨੂੰ ਕੋਈ ਮਾਤਰ ਲੱਗਦਾ ਆਏ ਹਾਏ ਦੋ ਬੰਦੇ ਤੁਹਾਡੇ ਨਾਲ ਤੀਜੇ ਤੁਸੀਂ ਚੌਥਾ ਮੈਂ ਪਾਈਆ ਪਾਈਆ ਮਸਾ ਹੀ ਆਉਣਾ ਇੱਕ ਕਿਲੋ 'ਚ 4 ਪਾਈਆ ਹੁੰਦੇ ਕਦੀ ਇਕੱਠਾ ਖਾਦਾ ਓਏ ਐ ਵੀ ਬਹਿਸ ਕਰੀ ਜਾਂਦਾ ਇਹ ਰੋਟੀ ਪਾਣੀ ਤੁਹਾਡੀ ਹੋਏਗੀ ਭਾਈ ਰੋਟੀ ਪਾਣੀ ਤੁਹਾਡੀ ਹੋਏਗੀ ਰਾਤ ਵਿੱਚ ਐ ਵੇਖ ਲਓ ਯਾਰ ਤੇਰਾ ਮੇਰੇ ਨਾਲ ਦਿਲ ਕਰੇਗਾ ਮੇਰੇ ਨਾਲ ਖਾ ਲਈ ਭੋਲੇ ਨਾਲ ਦਿਲ ਕਰਦਾ ਉਹਦੇ ਨਾਲ ਖਾ ਲਈ ਭਾਕੋ ਨਾਲ ਦਿਲ ਕਰ ਜਿਹਨੇ ਤੇਰਾ ਦਿਲ ਕਰਦਾ ਖਾ ਉਹ ਭਾਈ ਮੈਂ ਭੋਲੇ ਨਾਲ ਖਾ ਲਾਂਗਾ ਭੋਲੇ ਨਾਲ ਖਾ ਉਸਤਾਦ ਭੋਲਾ ਵੀ ਤੈਨੂੰ ਪਤਾ ਉਹ ਵੈਸੇ ਵੀ ਮਤਲਬ ਉਹ ਮਹਿਮਾਨ ਨਵਾਜ ਹੈਗਾ ਜੇ ਮਿਹਰਬਾਨੀ ਮਿਹਰਬਾਨੀ ਚੱਲ ਠੀਕ ਆ ਭਾਈ ਦਿਲਾਵਰ ਲਓ ਟਾਈਮ ਬਾਲਾ ਹੀ ਹੋ ਰਿਹਾ ਵਾ ਆਪਾਂ ਹੁਣ ਨਿਕਲੀਏ ਸਫ਼ਰ ਤੇ ਹੁਣ ਇਹਦਾ ਤੇਲ ਤੂਲ ਤੇ ਨਹੀਂ ਬਦਲਾਉਣ ਵਾਲਾ ਹਰ ਸ਼ੈ ਮੈਂ ਟੋਟਲ ਕਲੀਅਰ ਕਰਕੇ ਲਿਆਂਦੀ ਆ ਸਿਰਫ ਇਹ ਤੇ ਬਹਿਣਾ ਤੇ ਇਹਨੇ ਉੱਥੇ ਹੀ ਜਾ ਉਤਰਨਾ ਮਰੀ ਆਪਾਂ ਮੈਂ ਤੈਨੂੰ ਭਾਈ ਮੁਸਤਾ ਕੇ ਕਹਿ ਰਿਹਾ ਮੈਂ ਤੇਰੀ ਟੰਕੀ ਫੁੱਲ ਕਰਾ ਦਿਆਂ ਫੁੱਲ ਕਾਹਦੇ ਨਾਲ ਕਰਾਉਣੀ ਫੁੱਲ ਕਰਾ ਕੇ ਆਇਆ ਭਾਈ ਜੀ ਫੇਰ ਵੀ ਪਤਾ ਕੀ ਸਾਡਾ ਪੰਦ ਹੈਗਾ ਜੇ ਜ਼ਿਆਦਾ ਉਹ ਮੈਂ ਕਿਹਾ ਤੁਸੀਂ ਪਰੇਸ਼ਾਨ ਹੀ ਨਾ ਹੋਵੋ ਆ ਜਾਣਾ ਜੇ ਪਹਿਲੇ ਮਰੀ ਅੱਛਾ ਉਹ ਤੋਂ ਆਈ ਜਾਵਾਂਗੇ ਫੇਰ ਨਰਾਨ ਗਗਾਨ ਅੱਛਾ ਓਕੇ ਹੋ ਗਿਆ ਜੇ ਬੁੜੇ ਟਾਈਮ ਦੇ ਛੜਿਆ ਸਾਨੂੰ ਅੱਛਾ ਆਪਰ ਆਪ ਗਿਲਗਤ ਵਾਲੀ ਸਾਈਡ ਤੇ ਨਿਕਲ ਜਾਾਂਗੇ ਨਥੀਆ ਗਲੀ ਅੱਛਾ ਅੱਛਾ ਪਤਾ ਕੀ ਮੈਂ ਕਹਿੰਦਾ ਇਹ ਟੂਰ ਕਿੰਨੇ ਦਿਨਾਂ ਦਾ ਵਾ ਜੀ ਇਹ ਉਸਤਾਦ ਭੋਲੇ ਨੇ ਦੱਸਣਾ ਅੱਛਾ ਉਹ 2 ਦਿਨ ਉਹਦਾ ਦਿਲ ਲੱਗੇ 4 ਦਿਨ ਲੱਗੇ ਅੱਛਾ ਉਹ ਉਸਤਾਦ ਭੋਲੇ ਨੇ ਜਿਵੇਂ ਭਾਕੋ ਨੇ ਕਹਿਣਾ ਨਾ ਉਸਤਾਦ ਭੋਲੇ ਨੇ ਉਹਨੂੰ ਮੰਨਣਾ ਚਲੋ ਠੀਕ ਹੈ ਤੇ ਮੈਂ ਤਾਂ ਤੇਰੀ ਨਹੀਂ ਮੰਨਦਾ ਕੋਈ ਵੀ ਮੇਰੀ ਮੰਨਦੇ ਹੈਗੇ ਯਾਰ ਜੀ ਹੋਏ ਫੇ ਅੱਛਾ ਅੱਛਾ ਰੌਣਕਾਂ ਤੇ ਯਾਰਾਂ ਨਾਲ ਹੀ ਹੈ ਨਾ ਹਾਂਜੀ ਹਾਂਜੀ ਉਹ ਕੀ ਕਹਿੰਦੇ ਹੁੰਦੇ ਐਸੇ ਵਾਲੇ ਯਾਰਾਂ ਨਾਲ ਕੇ ਸ਼ੱਕਰ ਹੁੰਦਾ ਹੀ ਹੈ ਨਾ ਫੇ ਮੈਨੂੰ ਰੌਣਕਾਂ ਵੀ ਉਹਨਾਂ ਦੀਆਂ ਲੱਗਦੀਆਂ ਇੱਧਰ ਤੇ ਨੇਰ ਹੋਇਆ ਪਿਆ ਵਾ ਰੌਣਕਾਂ ਦੂਰ ਦੂਰ ਨਹੀਂ ਲੱਗਦੀਆਂ ਇੱਧਰ ਤੇ ਆ ਕਿਤੇ ਤੈਨੂੰ ਵੈਸੇ ਕੰਮ ਕੁੰਮ ਨੂੰ ਚੱਲੇ ਆ ਓਏ ਕੰਮ ਨੂੰ ਨਹੀਂ ਚੱਲੇ ਆਈ ਯਾਰ ਹੈਗੇ ਆ ਅੱਛਾ ਅੱਛਾ ਅਸੀਂ ਇੱਕ ਦੂਸਰੇ ਨਾਲ ਬਥੇਰਾ ਪਿਆਰ ਕਰਦੇ ਆ ਚਲੋ ਛੱਡੋ ਗੱਲਾਂ ਨੂੰ ਹੁਣ ਸਵਾਰੀਆਂ ਬੁਲਾਓ ਤੇ ਆਪਾਂ ਨਿਕਲਣ ਵਾਲੀ ਕਰੀਏ ਭਾਈ ਉਹ ਸਵਾਰੀਆਂ ਬੁਲਾਉਣੀਆਂ ਕਿੱਥੋਂ ਜੇ ਹਾਂ ਇਹ ਉਸਤਾਦ ਭੋਲਾ ਖੜੋਤਾ ਜੇ ਇਹ ਭਾਪਾ ਕੋਏ ਉਹ ਬੇੜਾ ਅਗਰ ਹੋ ਜਾਏ ਜਾਨਵਰ ਖੜਨੇ ਆ ਉਹ ਕਿਹੜੇ ਜਾਨਵਰ ਉਹ ਤੇਰੀ ਮੱਤ ਵੱਜ ਗਈ ਮੈਂ ਤੈਨੂੰ ਪਤਾ ਨਹੀਂ ਅਗਲੀ ਸੀਟ ਤੇ ਕਿੱਦਾਂ ਬਰਦਾਸ਼ਤ ਕਰਨਾ ਤੂੰ ਖੋਤਾ ਲੈ ਕੇ ਜਾਂਦੇ ਆ ਓਏ ਮੇਰੇ ਕੋ ਥੱਪੜ ਲਗਾਈ ਕੀ ਥੱਪੜ ਖਾਈ ਓਏ ਉਸਤਾਦ ਭੋਲੇ ਦਾ ਨਾਮ ਆਦਮ ਨਾਲ ਲੈਣਾ ਜੇ ਉਸਤਾਦ ਭੋਲੇ ਇਹਨੇ ਤੈਨੂੰ ਇੰਜਣ ਖੋਲਣਾ ਦੱਸਿਆ ਮੈਂ ਇਹਨੂੰ ਕਾਰ ਦੇ ਵਿੱਚ ਕਿੱਦਾਂ ਖੋਤਾ ਪਾਵਾਂਗਾ ਤੇਰੀ ਮੱਤ ਵੱਜੀ ਯਾਰ ਇਹ ਕਿਹੜੀ ਹਰਕਤ ਕਰ ਰਹੇ ਨੇ ਉਤੋਂ ਬਾਅਦ ਕੱਟਾ ਖੜਨੇ ਆ ਤੂੰ ਨਾਲ ਕਿਹੜਾ ਕੱਟਾ ਓਏ ਆ ਕੀ ਨਾਮ ਇਹਦਾ ਦੱਸਣ ਦੇ ਭਾਕੋ ਓ ਭਾਕੋ ਦਾ ਫਕਾ ਨਹੀਂ ਰਹਿਣਾ ਕੀ ਹੋ ਗਿਆ ਤੇਰੀ ਮੱਤ ਵੱਜੀ ਆ ਮੰਡੀ ਚੱਲਾਂ ਮੈਂ ਗੱਡੀ ਲੈ ਕੇ ਮਸਤਾਕ ਯਾਰ ਬਣ ਓ ਯਾਰ ਕਹਦਾ ਭਾਂ ਤੂੰ ਬੰਦਾ ਪੁੱਜੇ ਉੱਥੇ ਇਨਸਾਨ ਜਾਂਦੇ ਤੂੰ ਜਾਨਵਰਾਂ ਲੈ ਕੇ ਜਾਣਨੇ ਆ ਤੂੰ ਜਾਨਵਰ ਹੈਗਾ ਜੇ ਓ ਤਮੀਜ਼ ਨਾਲ ਗੱਲ ਕਰ ਯਾਰ ਕੀ ਕਰਨਨੇ ਆ ਮੈਨੂੰ ਤੇ ਉਹ ਖਲਾਉਣਾ ਜਿਹੜਾ ਤੂੰ ਨਾਲ ਲਿਆ ਤੂੰ ਮੇਰੇ ਸਹੁਰੇ ਤੋਂ ਆਇਆ ਜੇ ਓ ਸਹੁਰੇ ਤੇਰੇ ਅੱਗ ਲਾਉਂਦਾ ਮੈਂ ਤੇਰੇ ਸਹੁਰੇ ਵੀ ਪੱਠੇ ਤੇ ਹੋਣੇ ਤੇਰੇ ਕਿਤੇ ਚੰਗੇ ਇਲਾਕੇ 'ਚ ਨਹੀਂ ਹੋਣੇ ਡਰਾਈਵਰ ਉਹ ਤੇ ਡਰਾਈਵਰ ਬਣ ਕੇ ਰਿਹਾ ਡਰਾਈਵਰ ਨਹੀਂ ਉਹ ਗੱਡੀ ਦਾ ਮਾਲਕ ਅੱਲਾ ਦੇ ਹੁਕਮ ਨਾਲ ਮੈਂ ਤੈਨੂੰ 3 ਵਾਰੀ ਨਵਾਉਣਾ ਸੀ ਰਾਹ 'ਚ ਤੂੰ ਅੱਗੇ ਖੋਤਾ ਭੋਣਨੇ ਆ ਓਏ ਤੂੰ ਖੋਤਾ ਹੈਗਾ ਜੇ ਉਹ ਖੋਤਾ ਨਹੀਂ ਕਹਿਣਾ ਤੇ ਹੋਰ ਕੀ ਉਹਨੂੰ ਕਹਿਣਾ ਬਈ ਮੈਂ ਉਸਤਾਦ ਭੋਲਾ ਕਹਿ ਉਸਤਾਦ ਭੋਲਾ ਉਹਨੇ ਤੈਨੂੰ ਜਾਂ ਚੜਾਉਣਾ ਦੱਸਿਆ ਉਸਤਾਦ ਭੋਲਾ ਕਹਿ ਆਪਣੇ ਉਹ ਕਾਚਰਾ ਡਰਾਈਵਰ ਤੇ ਡਰਾਈਵਰ ਆ ਉਹ ਭਾਈ ਮੈਂ 2 ਟੂਰਾਂ ਨੂੰ ਜਵਾਬ ਦੇ ਗਿਆ ਤੇ ਤੇਰਾ ਟੂਰ ਫੜਿਆ ਤੇਰੀ ਮਿਹਰਬਾਨੀ ਉਹ ਬੰਦੇ ਬੁਲਾ ਜਿਨ੍ਹਾਂ ਨੇ ਜਾਣਾ ਵਾ ਇਹਨਾਂ ਨੂੰ ਉੱਥੇ ਮਸਾਲਾ ਦਵਾਉਣ ਚੱਲਾਂ ਤੂੰ ਭਾਈ ਭਾਕੋ ਕਿਹੜਾ
तेरी लारी दी वजह लेट होए आ ओ केड़ी लारी है तू पीपे लेके चला उथे केड़ी लारी है गड्डी नु लारी देखो तू हुन चंड खाएगा आ भाई चंड चुंड कोई नहीं ओ बंदियां नु कट जिन्ना ने मरी जाना हैगा ओए तेरे बंदे नहीं लगदे सवारियां बुला चली जाए मजाक ना कर इना टाइम है नी का उस्ताद भोला की ओने तेनू दसिया है तेनू की दसिया तेन दसना जे तू शुकर कर शुक्र कर आई तेरी गड्डी जला टायर टूटी बजे च मेरी फॉर्च्यूनर वाला गल चल रही को मसला बन गया फॉर्च्यूनर तो घट नहीं हो जाता भाको ना सुन ला लैमोजीन ने परसों भेजी ਤੁਸੀਂ ਨਾ ਇੱਦਾਂ ਕਰੋ ਦਹੀਂ ਨਾ ਸਿਰ ਧੋਵੋ ਤੁਹਾਡੇ ਨਾ ਦਿਮਾਗ ਨੂੰ ਖੁਸ਼ਕੀ ਪੈ ਗਈ ਆ ਤੇ ਜਦੋਂ ਖੁਸ਼ਕੀ ਪੈ ਜਾਵੇ ਨਾ ਬੰਦੇ ਦਾ ਦਿਮਾਗ ਕੰਮ ਨਹੀਂ ਕਰਦਾ ਉਹ ਜਾ ਕੰਮ ਕਰ ਉਹ ਸਾਹਿਬ ਭੁੱਲੇ ਉਹ ਕਿਤੇ ਐਵੇਂ ਤੇ ਲੱਤੀ ਖਾ ਬਹਿਗਾ ਸਾਰਾ ਉਹਨੇ ਬਾਲਟਾ ਜਾਂ ਵਿੰਗਾ ਕਰ ਦੇਣਾ ਤੇਰਾ ਮੇਰੇ ਕੋਲ ਥੱਪੜ ਖਾਏਗਾ ਉਹ ਕਿਹੜੀ ਗੱਲ ਉਹ ਥੱਪੜ ਖਾਵਾਂਗਾ ਯਾਰ ਤੂੰ ਉੱਥੇ ਮੈਨੂੰ ਗੱਡੀ ਤੇ ਬੁਲਾਇਆ ਦੋ ਆਰਡਰ ਮੇਰੇ ਉੱਥੇ ਦਫ਼ਤਰੇ ਬੈਠੇ ਉਹਨਾਂ ਨੂੰ ਮੈਂ ਇਨਕਾਰ ਕਰਕੇ ਤਿਰਨਾ ਚੱਲਾ ਮਰੀ ਅਸੀਂ ਟੂਰ ਤੇ ਜਾਣਾ ਸੀ ਮੈਂ ਦੋ ਦਿਨ ਪਹਿਲੇ ਉਹਨੂੰ ਖੁਰੀਆਂ ਲਵਾਈਆਂ ਉਹਦੇ ਤੇ ਬਹਿ ਕੇ ਨਿਕਲ ਜਾ ਕਿਹੜੀ ਗੱਲੋਂ ਗੱਡੀ ਦਾ ਖਰਚਾ ਪਾਉਣ ਲੱਗਾ ਉੱਥੇ ਕਿ ਬੈਠਾ ਉੱਥੇ ਬੈਠਾ ਮਾਲ ਵਾਲੇ ਮਾਲ ਵਾਲੇ ਸਾਡੇ ਕੋਲ ਮਾਲ ਹੈਗਾ ਜੇ ਤੇ ਮਾਲ ਥੱਲੇ ਚੰਗਾ ਲੱਗਦਾ ਨਾ ਥੱਲੇ ਥੱਲੇ ਮਾਲ ਜਾਵੇ ਉੱਤੇ ਉੱਤੇ ਤੂੰ ਜਾਈ ਅਸਤਾਦ ਭੋਲਾ ਗੁੱਸੇ ਤੇ ਆ ਗਿਆ ਉਹ ਤੇਰੀਆਂ ਪੁੜਪੜੀਆਂ ਪਾੜ ਦਲੀਆਂ ਜੇ ਉਹ ਕਿਹੜੀ ਗੱਲੋਂ ਪੁੜਪੜੀਆਂ ਉਹਦੀਆਂ ਬਾੜੇ ਜਿਹੜਾ ਉਹਨੂੰ ਮਰੀ ਲੈ ਕੇ ਜਾਂਦੇ ਆ ਠੰਡੇ ਇਲਾਕੇ 'ਚ ਹੈ ਬੀੜਾ ਕਰਕੇ ਲੱਗਾ ਉਹਦੀ ਖਾਲੀ ਉਹ ਲਿਆ ਇੱਧਰ ਆਪਣੀ ਗੱਡੀ ਨੂੰ ਕਿਹੜੀ ਗੱਡੀ ਨੂੰ ਓਏ ਗੱਡੀ ਗੁੱਡੀ ਦੇ ਵਿੱਚ ਖਬਰਦਾਰ ਮੈਂ ਕਿਸੇ ਨਹੀਂ ਪਾਉਣਾ ਭਾਈ ਮੈਂ ਬੰਦੇ ਉਸ ਕੋਲੋਂ ਜਾ ਕੇ 10000 ਰੁਪਇਆ ਐਡਵਾਂਸ ਆਪਣਾ ਫੜ ਲੈਣਾ ਹੀ ਆ ਸਵਾਰੀਆਂ ਲੈ ਕੇ ਤੇ ਉੱਥੇ ਮੇਰੇ ਦਫ਼ਤਰ ਆ ਜੀ ਸਮਝ ਆਈ ਨਾ ਐਡਾ ਕਿਤੇ ਭੁੱਲ ਗਿਆ ਕੋਨੇ ਤੈਨੂੰ ਹੁਣ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਣਾ ਜੀ ਉਹ ਤਮੀਜ਼ ਨਾ ਤੂੰ ਮੈਨੂੰ ਪਹਿਲਾਂ ਹੀ ਖਿਜਾਤਾ ਸਮਝ ਆਈ ਨਾ ਤੂੰ ਕਿਤੇ ਆ ਮੰਡੀ ਵਾਲਾ ਡਾਲਾ ਸਮਝਿਆ ਮੰਡੀ ਦੇ ਡਾਲੇ ਫੈਮਲੀਆਂ ਆ ਉਹ ਬਰਗਰ ਫੈਮਲੀਆਂ ਜਾਂਦੀਆਂ ਭਾਈ ਐਡਾਂ ਦੀਆਂ ਤਪੀਆਂ ਫੈਮਲੀਆਂ ਨਹੀਂ ਆ ਉਹ ਤੈਨੂੰ ਮਰੀ ਦੀ ਸਲਾਹ ਕਿਨੇ ਦਿੱਤੀ ਆ ਪਤਾ ਨਹੀਂ ਕਿਹੜੀ ਆ ਬਰਗਰ ਦਾ ਖਰੋੜੇ ਵਾਲੇ ਉਹ ਜਾ ਕੰਮ ਕਰ ਆਵੇ ਭਾਪਾ ਕੋਲ ਉਹ ਮੈਨੂੰ ਤੇ ਤੂੰ ਵੀ ਲੱਗਦਾ ਘਰਦਿਆਂ ਨੇ ਡੰਗਰ ਹੀ ਸਿੱਧਾ ਕਰਾਇਆ ਉਹ ਜਾ ਕੰਮ ਕਰ ਆਇਆ ਬਾ ਉਹਨ ਕਹਿ ਰਿਹਾ ਤੋੜਦਾ ਨਹੀਂ ਤੂੰ ਉਹ ਤੋੜਦਾ ਗਾਨੂੰ ਤੇ ਕੋ ਮਸਾਲਾ ਮੰਗਣ ਦਿਆ ਭਾਈ ਜਾ ਆਪਣਾ ਮੂੰਹ ਚਟਾ ਉਹਨੂੰ ਹੋਸ਼ ਆਵੇ ਚੱਲ ਜਾ ਮੇਰੇ ਕੋ ਚੰਡ ਖਾਏਗਾ ਤੂੰ ਮੇਰੇ ਨਾਲ ਤਮੀਜ਼ ਨਾਲ ਗੱਲ ਕਰ ਭੱਲੇ ਆਇਆ ਆ ਆਇਆ ਸੀ ਆਏ ਕਿੱਥੇ ਆਏ ਉਹ ਮੈਂ ਨਹੀਂ ਜਾਣਾ ਜੁਣਾ ਡੰਗਰ ਲੈ ਕੇ ਤੇਰੇ ਆ ਹੈ ਐਦਲੇ ਉਥੋਂ ਨਾ ਪੀਜ਼ੇ ਲੈਣੇ ਜੇ ਦੋ ਓਏ ਯਾਰ ਪੀਣੇ ਨਹੀਂ ਉਥੋਂ ਪੱਠਿਆਂ ਦੇ ਪੂਲੇ ਲੈਣੇ ਆ ਤੂੰ ਸਿਰਫ ਤੂੰ ਆ ਨਿਆ ਮੂੰਹ ਆਣੇ ਦੀ ਮੰਡੀ ਤੱਕ ਜਾਣਾ ਹੋਰ ਤੂੰ ਅੱਗੇ ਨਹੀਂ ਜਾ ਸਕਦਾ ਓਏ ਆਪਣੀ ਲਗਾਮ ਨੂੰ ਜ਼ਬਾਨ ਦੇ ਓਏ ਓਏ ਜ਼ਬਾਨ ਨੂੰ ਲਗਾਮ ਹੁੰਦਾ ਭਾਈ ਓਏ ਉਹ ਮਾਤੜਾ ਉਹ ਤੈਨੂੰ ਕਿੰਨੇ ਕਹਿਤਾ ਮਰੀ ਓ ਕੇਕੋ ਸੁਣਿਆ ਤੂੰ ਮਰੀ ਦਾ ਇੱਕ ਮਿੰਟ ਉਹਨੂੰ ਮੈਂ ਪਹਿਲੇ ਪੁੱਛ ਲਾ ਹੋਰ ਕੀ ਕਹਣਾ ਉਥੋਂ ਕਹਿੰਦਾ ਇੱਕ ਦਰਜਨ ਰੋਲ ਵੀ ਲੈ ਲੈਣੇ ਜੇ ਓਏ ਰੋਲ ਨਹੀਂ ਇਹਨਾਂ ਨੂੰ ਡੰਡੇ ਚਾਹੀਦੇ ਆ ਤੇ ਤੈਨੂੰ ਚਾਹੀਦਾ ਡੰਡੇ ਚਾਹੀਦੇ ਹੁਣ ਤੈਨੂੰ ਇੱਕ ਮਿੰਟ ਜ਼ਰਾ ਮੈਂ ਭਾਕ ਨੂੰ ਪੁੱਛ ਲਾਂ ਜਦੋਂ ਅਸੀਂ ਮੋਟਰ ਤੇ ਉਤਰਾ ਪਿੰਡੀ ਹਾਂਜੀ ਹਾਂਜੀ ਐ ਸੱਤ ਮਾਨੀ ਹੈਗਾ ਜੇ ਨਾਸ਼ਤੇ ਵਾਲਾ ਅੱਛਾ ਉਹਦੇ ਕੋਲੋਂ ਦੋ ਖੱਦਾਂ ਤੇ ਗੱਲ ਸੁਣ ਨਾਨੂ ਨੂੰ ਕਹਿੰਦਾ ਸੁਥਰੇ ਲਾ ਦੇ ਤਿਲਾਂ ਵਾਲੇ ਬਦਤਮੀਜ਼ੀ ਨਾ ਕਰੋ ਤੁਸੀਂ ਮੈਨੂੰ ਇਹ ਪਹਿਲੋ ਦੱਸੋ ਵੀ ਇਹ ਸਾਰਾ ਕੁਝ ਮਸਤ ਤੇ ਨਹੀਂ ਇਸ ਇਲਾਕੇ ਤੂੰ ਮਸਤ ਹੈਗਾ ਵੇਖੀ ਆ ਭਾਈ ਕਿਤੇ ਟਾਈਮ ਜ਼ਾਇਆ ਕਰਾਈ ਜਾਂਦਾ ਤੂੰ ਮੇਰਾ ਟਾਈਮ ਯਾਰ ਸ਼ਹਿਰ ਯਾਰ ਸਭ ਹੈ ਕਿਤੇ ਮੈਂ ਆਪ ਸ਼ਹਿਰ ਯਾਰ ਹੈਗਾ ਜੇ ਉਹ ਤੂੰ ਤੇ ਨਾਂ ਨੂੰ ਵੀ ਲੀਕ ਲਾਈ ਆ ਭਾਈ ਉਹ ਜਾ ਕੰਮ ਕਰ ਉਹ ਬੇੜਾ ਕਰ ਉਹ ਗੱਲ ਸੁਣ ਇਹਨਾਂ ਨੂੰ ਉਥੋਂ ਡਾਲਾ ਕਰਾ ਦੋਨਾਂ ਨੂੰ ਲੈ ਕੇ ਡਾਲਾ ਮੈਂ ਤੈਨੂੰ ਕਰਾਉਣ ਦੇਣਾ
ਹੁਣ ਤੇਰੇ ਵਾਸਤੇ ਕਰਾਉਂ ਜੇ ਉਹਨੇ ਤੇਰੀ ਲੱਤਾਂ ਬਾਹਾਂ ਤੋੜ ਛੱਡਣੀਆਂ ਮੈਂ ਨਾ ਤੇਰੀ ਆ ਚੁੱਕ ਜੀ ਭੰਨ ਦੇਣੀ ਜਿਹੜੀ ਫਜ਼ੂਲ ਜੀ ਪਈ ਓ ਜਾਨ ਲੱਭਣ ਅਸੀਂ ਗੱਡੀਆਂ ਜਾਨਵਰਾਂ ਵਾਸਤੇ ਲਈਆਂ ਜਾਣੇ ਆ ਇਹ ਮੈਨੂੰ ਤੇ ਲੱਗਦਾ ਇਹਨਾਂ ਤੋਂ ਪਹਿਲਾਂ ਤੈਨੂੰ ਮਸਾਲਾ ਦਵਾਉਣਾ ਪੈਣਾ ਤੈਨੂੰ ਮੈਂ ਮਸਾਲਾ ਤੋਂ ਦੇ ਕੇ ਟੋਰਾਂਗਾ ਦੇ ਕੇ ਟੋਰੇ ਤੂੰ ਮੈਨੂੰ ਚਲਾਕੀ ਕਰੇਗਾ ਮੈਂ ਤੈਨੂੰ ਮਾਰਾਂਗਾ 10000 ਰੁਪਇਆ ਦਵੋ ਜਿਹੜੀ ਮੇਰੀ ਮੇਰੇ ਕੋਲ ਬਾਹ ਤੂੰ 2000 ਲੈ ਮੈਂ ਪਿਆਲ ਨਹੀਂ ਕਰਵਾਉਣਾ ਪਿਆਲ ਨਹੀਂ ਕਰਵਾਉਣਾ ਸਾਰਾ ਰਗਵਾ ਆਪਦਾ ਹੈਗਾ ਜੇ ਜਦੋਂ ਕੋਈ 10 ਕਵੇ ਅਗੋ ਉਹ ਕਿੰਨਾ ਸੇਕ ਆ ਉਹ ਤੇਰਾ ਉਹ ਜਦੋਂ ਕੋਈ 10 ਕਵੇ ਅਗੋ 12 ਕਹੀਦਾ 2000 ਨਹੀਂ ਕਹੀਦਾ ਤੇ ਜਿਹੜੇ ਉਤਲੇ 12 ਉਹ 10 ਦੇ ਉੱਤੇ 2 ਆ ਕੇ 12 ਹੀ ਹੋ ਗਏ ਆ ਪਤਾ ਨਹੀਂ ਤੇਰੀ ਤਲੀਮ ਕਿੱਥੇ ਆ ਉਹ ਭਾਈ ਲੇਕਿਨ ਤੇਰੀ ਮਿਹਰਬਾਨੀ ਆ ਉਹ ਭਾਈ ਉਹ ਬੰਦਿਆਂ ਨੂੰ ਲਿਆ ਆਏ ਉਹਨੂੰ ਪਹਿਲੇ ਪੁੱਛ ਲੈ ਅਸੀਂ ਇਹਨਾਂ ਸਬਰ ਕਰਨਾ ਕੀ ਕੀ ਗਾਵਾਂ ਜੇ ਉਹ ਭਾਈ ਤੈਨੂੰ ਤੇ ਮੈਂ ਇਹਨਾਂ ਤੋਂ ਭਾਈ ਬਾਕੋ ਹੈ ਆ ਬਰਨਰਾਜ ਹੋ ਗਿਆ ਜੇ ਤੂੰ ਪਿਆਰ ਨਾਲ ਬੋਲਦਾ ਉਹ ਤੂੰ ਪਤਾ ਨਹੀਂ ਕਿਹੜੀ ਨਸਲ ਦਾ ਹੈਗਾ ਜੇ ਉਹ ਪਿਆਰ ਨਾਲ ਕਿਦਾਂ ਤੇਰਾ ਮੂੰਹ ਬਣ ਗਿਆ ਜੇ ਭਾਈ ਬਾਕੋ ਦਾ ਲੱਗ ਢੇੜੇ ਚੁੱਕ ਲਵਾਂ ਬਾਕੋ ਨੂੰ ਐਡੀ ਤੇਰੀ ਰਿਸ਼ਤੇਦਾਰੀ ਬੰਨੀ ਇਹਨੂੰ ਜਿਹੜੀ ਉਹ ਭਾਈ ਗੱਲ ਸੁਣ ਲੈ ਮੇਰੀ ਮੈਂ ਨਹੀਂ ਹੋ ਜਾਣਾ ਹੈਗਾ ਮੇਰੇ ਵੱਲੋਂ ਸਾਰਾ ਤੇਰਾ ਪਿਓ ਵੀ ਜਾਏਗਾ ਤੂੰ ਕਿਉਂ ਨਹੀਂ ਜਾਣਾ ਉਹਨੂੰ ਲੈ ਜਾ ਫਿਰ ਮੈਂ ਨਹੀਂ ਹੋ ਜਾਣਾ ਕਿੱਥੇ ਹੁਣ ਤੇਰਾ ਪਿਓ ਪਿਓ ਕਿੱਥੇ ਹੁਣ ਕਹਿੰਦੇ ਤੂੰ ਕਾ ਯੂਨੀਅਨ ਕਾਉਂਸਲ ਦਰਖਾਸਤ ਦਿੱਤੀ ਆ ਪਤਾ ਲੱਗਦਾ ਕੀ ਪਤਾ ਸਾਨੂੰ ਬੁੱਧੂ ਨਾ ਬਣਾ ਕਿਉਂ ਉਹ ਭਾਈ ਗੱਲ ਸੁਣ ਮੇਰੀ ਉਹ ਤੂੰ ਮੇਰੀ ਗੱਲ ਸੁਣ ਉਹ ਫੋਨ ਕਰ ਉਹ ਬੰਦਿਆਂ ਨੂੰ ਜਿਨ੍ਹਾਂ ਨੇ ਜਾਣਾ ਮਜ਼ਾਕ ਬਹੁਤ ਹੋ ਗਿਆ ਭਾਈ ਨੇ ਮਿਹਰਬਾਨੀ ਆ ਜਰਾ ਬੁਲਾਓ ਉਹਨੂੰ ਗੱਡੀ ਦਫ਼ਤਰੇ ਲੈ ਕੇ ਜਾਣੀ ਆ ਬੋਲੇ ਉਸਤਾਦ ਬੋਲਾ ਹੁਣ ਸਿਰ ਜੁੜੀ ਬੈਠਾ ਤੈਨੂੰ ਬਾਰ ਬਾਰ ਕਹੀ ਜਾ ਰਿਹਾ ਤੇ ਤੂੰ ਸਮਝ ਜਾ ਹੁਣ ਤੂੰ ਹੁਣ ਨਾ ਮੇਰਾ ਦਿਮਾਗ ਖਰਾਬ ਕਰ ਰਿਹਾ ਸਮਝ ਆਈ ਨਾ ਉਹਨੇ ਗੱਡੀ ਸਰਵਿਸ ਕਰਾਈ ਲਿਆਂਦੀ ਤੇਰੇ ਇੱਕ ਕਿੱਕ ਮਾਰੀ ਜੇ ਤੇਰਾ ਤੈਨੂੰ ਉਹਨੇ ਫਾਇਲ ਆ ਚੋਣਾ ਜੇ ਉਹ ਕਿਕਾਂ ਤੈਨੂੰ ਮਾਰੂ ਜਿਹੜਾ ਐਡੇ ਠੰਡੇ ਲਾਕੇ ਚ ਲੈ ਕੇ ਚੱਲਾ ਤੂੰ ਮਰੀ ਲੈ ਕੇ ਚੱਲਾ ਇਹਨੂੰ ਮੰਡੀ ਲੈ ਕੇ ਜਾ ਅਸਾ ਬੋਲੇ ਲੈ ਉਸਤਾਦ ਕੀ ਤੈਨੂੰ ਸਾਗ ਪਕਾਉਣਾ ਦੱਸਿਆ ਨੇ ਤਾਂ ਦਾ ਉਸਤਾਦ ਆ ਤੇਰਾ ਓਏ ਭਾਈ ਮੈਨੂੰ ਸੱਚੀ ਦੱਸ ਮੇਰੀ ਗੱਲ ਸੁਣ ਤੂੰ ਕਦੋਂ ਕਦਾ ਬੰਦਾ ਬਣਿਆ ਇਹ ਜਦੋਂ ਅਸੀਂ ਚਕਵਾਲ ਮੁੰਡਾ ਇੰਜ ਕਰਕੇ ਹਾਂਜੀ ਚਕਵਾਲ ਮੁੜਦਾ ਹੀ ਇਹਨਾਂ ਦੀ ਹੱਟੀ ਹੈਗੀ ਹੈ ਹਾਂਜੀ ਹੋਏਗੀ ਕੋਈ ਉਹਦੇ ਵਾਸਤੇ ਤੂੰ ਮਰੱਬਾ ਲੈਣਾ ਹੁਣ ਇਹਨੂੰ ਰਾਜੀ ਕਰੇਗਾ ਤੇ ਗਾਂ ਤੇਰੂ ਪੈਸੇ ਮਿਲਣੇ ਜੇ ਉਹ ਭਾਈ ਕੋਈ ਮਾਲ ਸ਼ਾਲ ਚ ਜਾਂਦੀਆਂ ਫੈਮਲੀਆਂ ਉਦੋਂ ਖਲੋਣੇ ਲੈਂਦੇ ਖਾਣ ਪੀਣ ਵਾਲੀਆਂ ਚੀਜ਼ਾਂ ਲੈਂਦੇ ਹੋ ਤੂੰ ਭਾਈ ਓਏ 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 ਮੇਰਾ ਦਿਮਾਗ ਖਰਾਬ ਕਰ ਰਿਹਾ ਤੂੰ ਮੇਰਾ ਦਿਮਾਗ ਖਰਾਬ ਹੀ ਆ ਤੇ ਤੂੰ ਇਦਾਂ ਨਹੀਂ ਡੀਲ ਕਰਦਾ ਮੇਰਾ ਦਿਮਾਗ ਖਰਾਬ ਕਰ ਰਿਹਾ ਹੋਵੇ ਤੰਨੀਆਂ ਚੜਾਉਂਦੇ ਆ ਕਹਿੰਦਾ ਮੈਂ ਮਰੀ ਨਹੀਂ ਜਾਣਾ ਉਹ ਸਾਹਿਬ ਬੋਲੇ ਕੋਈ ਨਹੀਂ ਐ ਮੈਂ ਉਹ ਤੇਰੀ ਤਬੀਅਤ ਖੋਤੇ ਵਾਲੀ ਆ ਉਹ ਤੇਰੀ ਮੈਂ ਤੇ ਉਹਨੂੰ ਨਹੀਂ ਸੀ ਬਹਾਉਣਾ ਤੇ ਨਾਲ ਤੂੰ ਵੀ ਤੇ ਇਹ ਤਾਂ ਕੰਮ ਖਰਾਬ ਹੋ ਗਿਆ ਅਸਤਾਨ ਭੋਲਾ ਪਹਿਲੇ ਫਰੰਟ ਤੇ ਬੈਠੇਗਾ ਹੈ ਫਿਰ ਸ਼ਹਿਰ ਯਾਰ ਜਾਏਗਾ ਅਸ ਬਾਬਾ ਕੋ ਇਸ ਤਰ੍ਹਾਂ ਗੁੱਸੇ ਜੇ ਉਹ ਭਾਈ ਗੱਲ ਸੁਣ ਮੇਰੀ ਤੂੰ ਓਏ ਮੈਨਾਂ ਤਮੀਜ਼ ਨਾ ਮੈਂ ਉਸ ਬੰਦੇ ਨੂੰ ਫੋਨ ਕਰਦਾ ਇਹਨੇ ਮੈਨੂੰ ਕੀਤਾ ਕੀ ਆ ਹੈ ਇੱਥੇ ਬੁਲਾਲੀ ਆ ਕਾਰ ਤੇ ਹੁਣ ਤੂੰ ਮੈਨੂੰ ਆਹ ਸਵਾਰੀਆਂ ਨੇ ਮੱਥੇ ਲਾਉਂਦੇ ਆ ਉਹ ਭਾਈ ਮੈਂ ਮਰੀ ਮੁਰੀ ਕੋਈ ਨਹੀਂ ਜਾਣਾ ਮੇਰੀ ਛੱਡੋ ਜਾਨ ਤੁਸੀਂ ਮਿਹਰਬਾਨੀ ਮੇਰਾ ਦਿਮਾਗ ਖਰਾਬ ਹੋ ਗਿਆ ਭਾਈ ਇਹ ਹੁਣ ਉਸਤਾਦ ਭੋਲੇ ਨੂੰ ਮਿਲਾ ਲਾ ਤੇਰਾ ਭਲਾ ਪੈ ਜੇ ਉਹ ਤੇਰੇ ਮੌਰਾਂ ਨੂੰ ਖਿੱਚ ਪਈ ਲੱਗਦਾ ਤੇਰੇ ਮੌਰਾਂ ਨੂੰ ਖਿੱਚ ਪੈਣੀ ਹੈ ਅੱਗੋਂ ਤੂੰ ਠੰਡਾ ਇਲਾਕਾ ਚੁਣ ਲਿਆ ਤੇਰੀ ਉਧਰੋਂ ਲਾਸ਼ ਹੀ ਆਉਣੀ ਅਮਲਾ ਤੇ ਮੈਂ ਖੜਨਾ ਨਹੀਂ ਤੇ ਜੇ ਤੈਨੂੰ ਉੱਥੇ ਕੋਈ ਲੈ ਗਿਆ ਜਾਂ ਫੇ ਮਰੀ ਵਾਲੇ ਅੱਗੇ ਨਿਕਲ ਜਾਣਗੇ ਜਾਂ ਤੂੰ ਰਹੇਗਾ ਇਕੱਲਾ ਉੱਥੇ ਪੁੱਤਰ ਫੇ ਤੂੰ ਇੱਥੇ ਹੁਣ ਸਾਦਾ ਨਹੀਂ ਜੇ ਗਿਆ ਨਾ ਤੇ ਸਾਦਾ ਕੀ ਮੈਨੂੰ ਹਾਰ ਲਾ ਕੇ ਭੇਜਣਾ ਤੂੰ ਭਾ ਭਾ ਕੋ ਦਾ ਗੁੱਸੇ ਦਾ ਤੈਨੂੰ ਨਹੀਂ ਪਤਾ ਕੀ ਭਾ ਭਾ ਕੋ ਕੀ ਕਰ ਲੂਗਾ ਕੀ ਕਰ ਲੂ ਭਾ ਕੋ ਓ ਇੰਦਰ ਮੈਨਾਂ ਗੱਲ ਕਰ ਕੀ ਕਰ ਲੂਗਾ ਭਾ ਕੋ ਸ਼ਹਿਰ ਯਾਰ ਨੂੰ ਹੱਥ ਨਾ ਲਾ ਬੈਠੀ ਸ਼ਹਿਰ ਯਾਰ ਉਹ ਤਾਂ ਨਾ ਹੀ ਸਾਡਾ ਸਾਡੇ ਇਸ ਨਾ ਤੋਂ ਸਾਡਾ ਦਿਲ ਚੜਾਤਾ ਕਿ ਤੇਰਾ ਨਾ ਸ਼ਹਿਰ ਯਾਰ ਬੇੜਾ ਕਰਕੇ ਜਾਵੇ ਤੇਰਾ ਉਹ ਗਾਂ ਹੋ ਜਾਏ ਤੇ ਉੱਤੇ ਬਹਿ ਜਾ ਨਿਕਲ ਜਾ ਮਰੀ ਬਹਿ ਕੇ ਮੈਂ ਕਿੰਨੇ ਤਾਂ ਗੱਲ ਕਰਦੇ ਹੋ ਤੇ ਜਾਨਵਰਾਂ ਨਾਲ ਗੱਲ ਕਰੀ ਜਾਂਦੇ ਆ ਤੂੰ ਜਾਨਵਰ ਇਦਾਂ ਦਾ ਤੂੰ ਭੈੜਾ ਜਿਹਾ ਪਤਾ ਨਹੀਂ ਕਿੱਥੇ ਕਿਹਦਾ ਮੂੰਹ ਵੇਖ ਲਿਆ ਸਵੇਰੇ ਸਵੇਰੇ ਆ ਲਗਾ ਆਪਣੀ ਔਕਾਤ ਵੇਖ ਆ ਜਾਏ ਆ ਜਾ ਚਲਾ ਜਾ ਗੱਡੀ ਲਈ ਫਿਰਦਾ ਰੋਂਦਾ ਗੱਡੀ ਨੂੰ ਉਹ ਮੈਂ ਤੇ ਪੈਸੇ ਲਾ ਕੇ ਪਛਤਾਉਣੀ ਆ ਗੱਡੀ ਤੇ ਕਿ ਪਿਛਲੇ ਬੁੱਧ ਲੈਮੋਜ਼ੀਨ ਤੇ ਆਇਆ ਆਪ ਮੈਨੂੰ ਸਹੀ ਦੱਸ ਤੂੰ ਨਹਾਉਣਾ ਨੂੰ ਨਹੀਂ ਆ ਜਾਂ ਰੇਗ ਮਾਲ ਨਾਲ ਸਾਫ਼ ਕਰਦਾ ਆਪਣੇ ਆਪ ਉਹ ਤੇਰਾ ਦਿਮਾਗ ਕੰਮ ਨਹੀਂ ਕਰਦਾ ਇਨਸਾਨੀਅਤ ਕੀ ਹੁੰਦੀ ਨਾ ਤੇਰਾ ਕੋਈ ਭੈਣ ਭਰਾ ਕੰਮ ਕਰਦਾ ਨਾ ਤੂੰ ਕੰਮ ਕਰਦਾ ਕੰਮ ਤੇ ਆ ਗੱਡੀਆਂ ਅਸੀਂ ਚੋਰੀ ਕੀਤੀਆਂ ਪਤਾ ਨਹੀਂ ਕਿਹੜੀਆਂ ਗੱਡੀਆਂ ਟੁੱਟੀਆਂ ਭੱਜੀਆਂ ਨਹੀਂ ਫਿਰ ਗੱਡੀਆਂ ਚੱਲ ਗਾ ਤਮੀਜ਼ ਨਾ ਓਏ ਮੈਨੂੰ
ਇੱਥੇ ਮੈਂ ਪੈਸੇ ਲੈ ਕੇ ਜਾਣੇ ਆ 10000 ਰੁਪਏ ਜਿਹੜਾ ਮੈਂ ਅੱਬਾ ਤੇਰੇ ਹੁਣ ਛੇੜੀ ਨਾ ਕਿਉਂ ਕੀ ਗੱਲ ਮਾਂ ਨੂੰ ਇਹ ਪੱਠਿਆਂ ਦਾ ਮਸਲਾ ਬਣਿਆ ਮੈਂ ਤੇਰੇ ਪੱਠੇ ਇਸ ਟੋਕੇ 'ਚ ਦੇ ਕੇ ਵਟਣੇ ਆ ਸਮਝ ਆਈ ਨਾ ਤੇ ਪੈਸੇ ਕੱਢ 10000 ਰੁਪਏ ਉਹ ਭਾਪਾ ਕੋ ਕੋ ਪੁੱਛਿਆ ਕੋਈ ਓਏ ਭਾਪਾ ਆ ਚੱਲ ਉਹ ਚੱਲ ਕੀ ਭਾਈ ਆ ਪੈਸੇ ਦੇ ਮੈਂ ਤੁਹਾਡੇ ਨਾਲ ਜਾਣਾ ਹੀ ਨਹੀਂ ਉਹ 4 ਦਿਨ ਤੂੰ ਨਾਲ ਹੀ ਭੜਿਆ ਭੱਜ ਜਾਣਾ ਕਿਤੇ ਉਹ ਕਿਹੜੇ 4 ਦਿਨ ਮੈਂ ਮਿੰਟ ਖਲੋਣਾ ਬਰਦਾਸ਼ਤ ਨਹੀਂ ਕਰਨ ਦਿਆ ਦੇਖੋ ਆ ਵੇ ਤੇਰੀਆਂ ਮੱਖੀਆਂ ਵੀ ਮੇਤੇ ਬਹਿਨ ਲਈਆਂ ਸਾਰੀਆਂ ਅਸਤਾਨ ਭੋਲੇ ਡੈਰ ਜਾ ਚੱਲਨੇ ਆ ਉਹ ਕਿੱਥੇ ਉਹ ਗੱਲ ਸੁਣ ਲੈ ਭਾਈ ਮੈਨੂੰ 10000 ਰੁਪਏ ਦੇ ਜਿਹੜੀ ਐਡਵਾਂਸ ਦੀ ਗੱਲ ਹੋਈ ਸੀ ਠੀਕ ਆ ਬਕਾਇਆ ਭਾ ਜਮੀਲ ਪਾਨਾ ਵਾਲਾ ਜਾਣੇ ਤੇ ਤੂੰ ਜਾਣੀ ਸਮਝ ਆਈ ਨਾ ਮੈਂ ਕਹਿਣ ਤੇ ਗੱਡੀ ਲੈ ਕੇ ਆਇਆ ਇੱਥੇ ਕਿ ਮਰੀ ਜਾਣਾ ਇੰਨੇ ਨੇ ਹੁਣ ਪਿਆਰ ਦੀ ਜ਼ਬਾਨ ਤੇ ਸਮਝ ਆਉਂਦੀ ਏ ਉਹ ਭਾਪਾ ਕਰੂੰ ਬਾਹਰ ਪਿੱਛੇ ਅਸਤਾਨ ਭੋਲੇ ਨੂੰ ਅੱਗੇ ਬਾਹਰ ਤੇ ਤੈਨੂੰ ਛੱਤ ਤੇ ਬੰਨਣਾ ਮੈਂ ਵੀ ਉਹਦੇ ਨਾਲ ਬਜਾਗਾ ਭਾਪਾ ਕੋ ਨਾ ਪਿੱਛੇ ਭਾਈ ਗੱਲ ਸੁਣ ਮੇਰੀ ਐ ਕਮੈਂਟ ਛੱਡ ਐ ਫੋਨ ਲੈ ਚੱਲਾਂ ਮੈਂ ਅਗਰ ਤੁਸੀਂ ਮੇਰੇ ਪੈਸੇ ਬਚਾ ਤੇ ਠੀਕ ਨਹੀਂ ਤਾਂ ਫੋਨ ਸੇਲ ਕਰਕੇ ਮੈਂ ਆਪਣਾ ਐਡਵਾਂਸ ਵਾਪਸ ਕਰਨਾ ਔਰ ਤੂੰ ਜਾਣੇ ਤੇ ਜਮੀਲ ਪਾਨਾ ਵਾਲਾ ਜਾਣੇ ਜਿਹਨੇ ਫੋਨ ਕੀਤਾ ਔਰ ਜਿਹਦੇ ਆਰਡਰ ਤੇ ਮੈਂ ਇੱਥੇ ਆਇਆ ਅਸਲ ਤੁਰ ਨਹੀਂ ਸਕਦਾ ਹਣ ਓਏ ਅਸਤਾਨ ਬੋਲੇ ਸਿਰਫ ਤੇਰੀ ਵਜ੍ਹਾ ਤੋਂ ਮੈਂ ਵੀ ਇੱਧਰ ਰਹਿ ਗਿਆ ਬਾਹਰ ਚੱਲ ਮੂੰਹ ਕਰਦਾ ਲਈ ਵਾਹ ਬੇੜਾ ਗਰਕ ਕਰਤਾ ਮੇਰੇ ਸਾਰੇ ਜੋਏ ਦਾ ਪਾਪਾ ਕੋ ਓਏ